टाइम की जिहड़ी सब तो वड्डी खबर है वह चंडीगढ़ तो है। चंडीगढ़ विच अकाली दल यूथ वालों बलबीर सिंह सिद्धू जिहड़े सेहत मंत्री ने उन्हां दी कोठी का घराओ करन जा रहे सीगे इह, ते उत्थे ही पुलिस नाल इहनां दा चंडीगढ़ जिहड़ी पुलिस है उहनां नाल धक्का मुक्की होई है। तस्वीरां तुसीं साफ देख सकदे हो कि किस तरह पुलिस और अकाली दल यूथ दे जिहड़े वर्कर ने उहनां विच धक्का मुक्की होई है। ये साफ तस्वीरां तुसीं देख सकदे हो। ਇਹ ਵੀ ਤੁਹਾਨੂੰ ਦੱਸਦੀ ਹੈ ਕਿ ਮਾਮਲਾ ਜਿਹੜਾ ਇਹ ਵੈਕਸੀਨ ਨਾਲ ਜੁੜਿਆ ਹੋਇਆ। ਪਿਛਲੇ ਟਾਈਮ ਜਿਹੜੀ ਵੈਕਸੀਨ ਹੈ ਪ੍ਰਾਈਵੇਟ ਹਸਪੀਟਲਾਂ ਨੂੰ ਦਿੱਤੀ ਗਈ ਸੀਗੀ ਔਰ ਉਸ ਵੈਕਸੀਨ ਦਾ ਜਿਹੜਾ ਵਿਰੋਧ ਵੀ ਕੀਤਾ ਗਿਆ ਸੀਗਾ ਕਿ ਜਿਹੜੀ ਵੈਕਸੀਨ ਆ ਉਹ ਮਹਿੰਗੇ ਰੇਟਾਂ 'ਤੇ ਪ੍ਰਾਈਵੇਟ ਹਸਪੀਟਲ ਵੇਚ ਰਹੇ ਨੇ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਸੀਗਾ ਕਿ ਪ੍ਰਾਈਵੇਟ ਹਸਪੀਟਲ ਨੇ ਜਿਹੜੇ ਉਹਨਾਂ ਨੂੰ ਵੈਕਸੀਨ ਨਾ ਦਿੱਤੀ ਜਾਵੇ। ਇਸੇ ਦੇ ਚੱਲਦੇ ਇੱਕ ਜਾਂਚ ਵੀ ਸਿਹਤ ਮੰਤਰੀ ਵੱਲੋਂ ਬਿਠਾ ਦਿੱਤੀ ਗਈ ਸੀਗੀ। ਪ੍ਰਾਈਵੇਟ ਹਸਪਤਾਲਾਂ ਦੇ ਉੱਤੇ ਨਿਗਰਾਨੀ ਟੀਮ ਬਿਠਾ ਦਿੱਤੀ ਗਈ ਸੀ ਕਿ ਆਖਿਰ ਇਹ ਮਾਮਲਾ ਕੀ ਹੈ, ਕਿਉਂਕਿ ਇਸ ਦਾ ਜਿਹੜਾ ਖੁਲਾਸਾ ਹੈ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਵੱਲੋਂ ਕੀਤਾ ਗਿਆ ਸੀਗਾ ਕਿ ਜਿਹੜੀ ਵੈਕਸੀਨ ਹੈ ਉਹ ਸਰਕਾਰ ਨੂੰ ਬਹੁਤ ਵੱਡਾ ਇੱਕ ਚੂਨਾ ਲਾਇਆ ਜਾ ਰਿਹਾ ਔਰ ਬਹੁਤ ਵੱਡੇ ਜਿਹੜੇ ਮਾਮਲੇ ਇਸ 'ਚ ਸਾਹਮਣੇ ਆ ਸਕਦੇ ਨੇ, ਵੱਡੇ ਵੱਡੇ ਨਾਂ ਵੀ ਸਾਹਮਣੇ ਆ ਸਕਦੇ ਨੇ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੈਕਸੀਨ ਜਿਹੜੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀਗਾ। ਇਸੇ ਦੇ ਚੱਲਦੇ ਯੂਥ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਵਿੱਚ ਬਲਵੀਰ ਸਿੰਘ ਸਿੱਧੂ ਨੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀਗੇ। ਉੱਥੇ ਹੀ ਜਿਹੜਾ ਅਕਾਲੀ ਦਲ ਅਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨਾਲ ਧੱਕਾ ਮੁੱਕੀ ਹੋਈ ਹੈ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ। ਟੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।